ਹੌਟ ਸੀਟ ਦੇ ਤੌਰ ਤੇ ਦੇਖੀ ਜਾਂਦੀ ਹੈ। ਪੰਜਾਬ ਤਾਂ ਬਿਲਕੁਲ ਡੈਡ ਕੀਤਾ ਪਿਆ ਸੀ। ਇਹਨਾਂ ਨੇ ਕੱਲੇ ਆ ਵੀ ਨਿਯੁਕਤੀਆਂ ਵੰਡਤੀਆਂ। ਬਠਿੰਡੇ ਤੋਂ ਚੰਡੀਗੜ੍ਹ ਸੜਕ ਹੈ ਜਿਹੜੀ, ਇਹ ਵੀ ਅਕਾਲੀ ਸਰਕਾਰ ਨੇ ਬਣਾਈ। ਬਠਿੰਡੇ ਦੇ ਵਿੱਚ ਜੇ ਏਅਰਪੋਰਟ ਆਇਆ ਜਿਹੜਾ ਲੋਕਾਂ ਦੀ ਸਹੂਲੀਅਤ ਵਾਸਤੇ ਸੀਗਾ, ਉਹ ਵੀ ਮੋਦੀ ਸਾਹਿਬ ਨੇ ਆਇਆ। ਸਾਡੇ ਵੀ ਬੈਰੀਅਰ ਲਾ ਸਕਦੇ ਆ, ਸਾਡੇ ਵੀ ਵੱਡੇ ਵੱਡੇ ਪੱਥਰ ਲਾ ਸਕਦੇ ਆ, ਫਿਰ ਅਸੀਂ ਪਿੰਡ 'ਚ ਕਿਹੜੇ ਮੂੰਹ ਨਾਲ ਆਉਣ। ਕਰਜ਼ਾ ਚੱਕ ਚੱਕ ਕੇ ਕੰਮ ਵੀ ਚਲਾਉਣਾ ਹੈਗਾ ਤਾਂ ਫਿਰ 2 ਸਾਲ ਦੀ ਕਿਹੜੀ ਪ੍ਰਾਪਤੀ ਕਰਤੀ ਇਹਨਾਂ ਨੇ? ਕੋਈ ਇੱਕ ਨਹੀਂ ਪੱਥਰ ਦਿਖਾ ਦੇ ਬਠਿੰਡੇ ਦੇ ਵਿੱਚ। ਆਮ ਆਦਮੀ ਪਾਰਟੀ ਪੰਜਾਬੀ ਯੂਨੀਵਰਸਿਟੀ ਨੂੰ ਰੋਜ਼ ਦਾ 1 ਕਰੋੜ ਰੁਪਏ ਦਿੰਦੀ ਆ। 2 ਸਾਲਾਂ ਦੇ ਵਿੱਚ ਇਹ ਗਰੰਟੀ ਆ ਜੇ ਇੱਕ ਵੀ ਦਸ ਘੰਟਾ ਡਿਬੇਟ ਕਰ ਲੈਣ। ਸਾਰੀਆਂ ਪਾਰਟੀਆਂ ਨੇ ਚਿੱਟੇ ਦੇ ਨਾਮ ਤੇ ਰਾਜਨੀਤੀ ਕੀਤੀ, ਜੇ ਕਾਂਗਰਸ ਵਾਲੇ, ਅਕਾਲੀ ਦਲ ਵਾਲੇ, ਆਮ ਆਦਮੀ ਵਾਲੇ। 14 ਟੋਲ ਪਲਾਜ਼ੇ ਬੰਦ ਕਰੇ, 70 ਸਾਲ ਚ ਕਦੇ ਕਿਸੇ ਨੇ ਬੰਦ ਹੀ ਨਹੀਂ ਕਰੇ ਜੀ। ਜਿਹੜਾ ਟੋਲ ਪਲਾਜ਼ੇ ਬੰਦ ਕੀਤੇ ਸੀ ਉਦੋਂ 10 ਕਿਲੋਮੀਟਰ ਅੱਗੇ ਹੋਰ ਨਵੇਂ ਖੋਲਤੇ ਇਹਨਾਂ ਨੇ। ਕਿਸਾਨ ਤੇ ਜਵਾਨ ਦੋਨੇ ਰੋਲਦੇ, 4 ਸਾਲ ਨੌਕਰੀ ਕਰਕੇ ਕਿੱਥੇ ਜਾਵਾਂਗੇ? ਜਿਹੜੀ ਚੀਜ਼ ਬੰਦ ਹੋਣੀ ਉਹਨੂੰ ਤਾਂ ਜਿਹੜਾ ਮਰਜ਼ੀ ਕਰਦੇ ਬੰਦ ਜਾ ਕੇ। ਦੇਸ਼ ਦਾ ਲੋਕਤੰਤਰ ਬਚਾਉਣ ਦੇ ਲਈ ਅਲਾਇੰਸ ਕਰ ਰਹੇ ਨਾ ਕਿ ਸਾਨੂੰ ਕੋਈ ਇੰਨਾ ਅੰਗੂ ਹੋਇਆ। ਨਜਾਇਜ਼ ਪਰਚੇ ਹੋਏ, ਨਾਬਾਲਗ ਬੱਚਿਆਂ ਦੇ ਪਰਚੇ ਹੋਏ, ਖੁਦ ਮੈਂ ਮੌਜੂਦਾ ਹੈਗੀ ਆ। ਦਿੱਲੀ ਦੇ ਵਿੱਚ ਇਹ ਇਕੱਠੇ ਹੋਏ ਜਾਂਦੇ ਆ, ਇੱਥੋਂ ਲੱਤੋ ਲੱਤੀ ਹੋਈ ਜਾਂਦੇ ਆ। ਬੀਜੇਪੀ ਦੱਸਦੇ ਵੀ 15-15 ਲੱਖ ਕਿੱਥੇ ਆ? 10ਵੀਂ ਦੇ ਬੱਚਿਆਂ ਨੂੰ 5 ਤੱਕ ਦੇ ਪਹਾੜ ਹੀ ਨਹੀਂ ਆਉਂਦੇ। ਹੁਣ ਜਦੋਂ ਕਿਸਾਨ ਜਾਂਦੇ ਆ ਫੇਰ ਡਾਕਾ ਮਾਰਦੇ ਆ, ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦਿੰਦੇ। ਮੇਰਾ ਬੱਚਾ ਅੱਜ ਪਲਾਸਟਿਕ ਸੁਪਨਾ ਰਿਹਾ ਡੀਸੀ ਬਣਦਾ, ਇਹਨਾਂ ਦੇ ਹੁੰਦੇ ਕਿਉਂ ਨੀ ਸੁਪਨੇ ਲੈ ਸਾਡੇ ਬੱਚਿਆਂ ਨੂੰ? ਪਹਿਲਾਂ ਮੋਦੀ ਦੇ ਹੱਕ ਖੜੇ ਕਿਤੇ, ਕੱਲ ਨੂੰ ਮੋਦੀ ਨੂੰ ਲੋੜ ਪਈ ਵੋਟ ਦੀ, ਉਹਨਾਂ ਦੇ ਹੱਕ 'ਚ ਪਾਉਣਗੇ ਕਿ ਨਹੀਂ ਪਾਉਂਦੇ? MP ਦੇ ਇਲੈਕਸ਼ਨ 'ਤੇ ਜੇ ਇਹਨਾਂ ਦੇ 4 MP ਜਿੱਤ ਗਏ ਨਾ, ਉਹਨਾਂ ਨੇ ਕਾਂਗਰਸ ਨੂੰ ਹੀ ਸਪੋਰਟ ਕਰਨੀ ਹੈ। ਅਸੀਂ ਕਿਸੇ ਦਾ ਝੂਠਾ ਪਰਚਾ ਨਹੀਂ ਦਰਜ ਕਰਾਇਆ, ਸਾਡੀ ਰਾਜਨੀਤੀ ਨਹੀਂ। 1 ਮਿੰਟ ਇਹ ਸਪਸ਼ਟ ਕਰ ਦੇਣਾ ਵੀ ਪੰਜਾਬ ਦੇ ਜਿਹੜੇ ਪਾਣੀਆਂ ਦਾ ਹੱਕ ਆ ਕੀਤਾ ਹੈ? ਨਹੀਂ, ਵੋਟ ਇਸ ਕਰਕੇ ਕਰਦੇ ਕਿ ਸਾਰਾ ਕੁਝ ਜੋ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਹੈ। ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਇਹਨਾਂ ਨੇ ਲੜਾਈ ਲੜੀ, ਅੱਜ ਉਹਨਾਂ ਦੇ ਜੱਫੀ ਪਈ ਜਾਂਦੇ। ਲੋਕ ਸਭਾ ਚੋਣਾਂ ਦਾ ਮਾਹੌਲ ਭਖ ਚੁੱਕਿਆ ਤੇ ਸਿਆਸੀ ਅਖਾੜਾ ਸਜ ਚੁੱਕਿਆ, ਤਾਂ ਐਸੇ ਦੇ ਵਿੱਚ ਨਿਊਜ਼ 18 ਨੇ ਖੁੱਲਾ ਅਖਾੜਾ ਲਾ ਦਿੱਤਾ ਕਿ ਜਿੱਥੇ ਲੋਕ ਵੀ ਆਪਣੀ ਗੱਲ ਰੱਖ ਸਕਦੇ ਆ ਤੇ ਜਿੱਥੇ ਲੀਡਰ ਵੀ ਆਪਣੀ ਗੱਲ ਰੱਖ ਸਕਦੇ ਆ, ਸਾਰੀਆਂ ਪਾਰਟੀਆਂ ਨੂੰ ਖੁੱਲਾ ਹੱਕ ਖੁੱਲੇ ਅਖਾੜੇ ਦੇ ਵਿੱਚ। ਬਠਿੰਡਾ ਦੇ ਵਿੱਚ ਇਸ ਵੇਲੇ ਮੌਜੂਦ ਆ, ਬਠਿੰਡਾ ਹੌਟ ਸੀਟ ਦੇ ਤੌਰ ਤੇ ਦੇਖੀ ਜਾਂਦੀ ਆ ਇਸ ਵਾਰ। ਬਠਿੰਡਾ ਦੇ ਵਿੱਚ ਕੀ ਬਣੇਗਾ, ਕਿਹੜਾ ਇੱਥੋਂ ਬਾਜੀ ਮਾਰੇਗਾ ਤੇ ਕਿਹਨੂੰ ਮਾਯੂਸ ਹੋ ਕੇ ਜਾਣਾ ਪਏਗਾ? ਬਠਿੰਡਾ ਦੀ ਜਨਤਾ ਦੇ ਵੱਖ ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਬੁਲਾਰੇ ਤੇ ਉਹਨਾਂ ਦੇ ਸਮਰਥਕ ਸਾਰੇ ਇੱਥੇ ਇਸ ਵੇਲੇ ਮੌਜੂਦ ਨੇ। ਤੁਹਾਨੂੰ ਕਿਉਂ ਲੱਗਦਾ ਐਸਾ, ਤੁਸੀਂ ਕੀ ਕਰਤਾ ਕਿ ਲੋਕ ਤੁਹਾਡੇ ਇਹਨਾਂ 2 ਸਾਲਾਂ ਦਾ ਕੰਮ ਵੇਖ ਕੇ ਐਤਕੀ ਤੁਹਾਨੂੰ ਵੋਟਾਂ ਪਾ ਦੇਣ? ਨਰਿੰਦਰ ਜੀ, ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਕਿਸੇ ਸੂਬੇ, ਕਿਸੇ ਪਰਿਵਾਰ, ਕਿਸੇ ਦੇਸ਼ ਦੀ ਤਰੱਕੀ ਦੀ, ਉਹ ਹੁੰਦੀ ਹੈ ਸਿੱਖਿਆ, ਐਜੂਕੇਸ਼ਨ। ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡਾ ਕੰਮ ਐਜੂਕੇਸ਼ਨ ਤੇ ਕੀਤਾ, ਕਿਉਂਕਿ ਜੇਕਰ ਕਿਸੇ ਪਰਿਵਾਰ ਦਾ, ਕਿਸੇ ਸੂਬੇ ਦਾ ਬੱਚਾ ਪੜ੍ਹ ਜੇ ਨਾ ਤਾਂ ਉਹਨੂੰ ਕਿਸੇ ਤੋਂ ਭੀਖ ਨਹੀਂ ਮੰਗਣੀ ਪੈਂਦੀ, ਉਹਨੂੰ ਨੌਕਰੀ ਮਿਲ ਜੇ। ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਜਾਂ ਸਾਡੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਕੂਲ ਆਫ ਐਂਬੀਨੈਂਸ ਬਣਾਏ, ਜਿਹੜੇ ਸਕੂਲ ਸਾਡੇ, ਦੇਖੋ ਕਿੰਨੀ ਸਕੂਲ ਠੀਕ ਕੀਤੇ ਪਹਿਲਾਂ ਦਿੱਲੀ ਦੇ ਵਿੱਚ। ਇਹ ਗੱਲ ਨੂੰ ਝੁਠਲਾ ਨਹੀਂ ਸਕਦੇ ਆਪਾਂ ਕਿ ਦਿੱਲੀ ਦੇ ਵਿੱਚ ਉਸ ਐਜੂਕੇਸ਼ਨ ਦਾ ਕੰਮ ਕੀਤਾ ਗਿਆ, ਉਹਨੂੰ ਫੋਰਨ ਕੰਟਰੀਜ਼ ਨੇ ਸਲਾਹਿਆ, ਇੱਥੋਂ ਟੀਚਰ ਫੋਰਨ ਗਏ, ਉੱਥੋਂ ਟ੍ਰੇਨਿੰਗ ਲੈ ਕੇ ਆਏ, ਔਰ ਈਵਨ ਕਿ ਫੋਰਨ ਦੇ ਬੰਦੇ ਇੱਥੇ ਦੇਖਣ ਆਏ, ਉੱਥੋਂ ਦੇ
ਤੁਹਾਨੂੰ ਲੱਗਦਾ ਕਿ ਐਜੂਕੇਸ਼ਨ ਮੁੱਖ ਤੌਰ ਤੇ ਐਜੂਕੇਸ਼ਨ ਨੂੰ ਲੈ ਕੇ ਲੋਕ ਤੁਹਾਨੂੰ ਵੋਟ ਕਰਨ? ਸਭ ਤੋਂ ਵੱਡੀ ਗੱਲ ਐਜੂਕੇਸ਼ਨ, ਦੂਜੀ ਗੱਲ ਹਾਸਪਿਟਲਾਈਜੇਸ਼ਨ, ਜਿਹੜੇ ਕਿ ਮੁਹੱਲਾ ਕਲੀਨਿਕ, ਤੀਜੀ ਗੱਲ 43,000 ਨੌਕਰੀਆਂ, ਚੌਥੀ ਗੱਲ ਜਿਹੜੀ ਹੈ ਬਿਜਲੀ ਫ੍ਰੀ ਬਿਜਲੀ ਦਿੱਤੀ ਹੈ, ਪੰਜਵੀਂ ਗੱਲ ਜਿਹੜਾ ਕਿਸਾਨਾਂ ਨੂੰ ਦਿਨ ਸਮੇਂ ਮੋਟਰਾਂ ਤੇ ਜਿਹੜੀ ਬਿਜਲੀ ਦਿੱਤੀ ਹੈਗੀ, ਔਰ ਇਸ ਤੋਂ ਹੱਦ ਵੱਧ ਕੇ ਮੈਂ ਦੱਸਾਂ ਕਿ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਰਵਾਇਤੀ ਪਾਰਟੀਆਂ ਨੇ ਪਿਛਲੇ 10 ਸਾਲ ਤੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਹੀਂ ਕੀਤੀ ਸੀ। ਸਾਡੀ ਸਰਕਾਰ ਨੇ ਆਉਣ ਸਾਰ 700 ਕਰੋੜ ਰੁਪਏ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕੀਤੀ, ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ, ਪੰਜਾਬ ਨੂੰ ਚਲਾਇਆ ਸੀ ਇਸ ਟਾਈਮ ਦੇ ਵਿੱਚ, ਪੰਜਾਬ ਤਾਂ ਬਿਲਕੁਲ ਖੋਖਲਾ ਸੀ, ਪੰਜਾਬ ਤਾਂ ਬਿਲਕੁਲ ਡੈਡ ਕੀਤਾ ਪਿਆ ਸੀ। ਤਾਂ ਜਿਹੜੇ ਦਾਅਵੇ ਇਹ ਕਰਦੇ ਨੇ ਤੇ ਇਹਨਾਂ ਦਾਅਵਿਆਂ ਦੇ ਆਧਾਰ ਤੇ ਤੁਹਾਨੂੰ ਲੱਗਦਾ ਕਿ ਵਾਕਈ ਲੋਕ ਇਹਨਾਂ ਨੂੰ ਵੋਟ ਕਰਨ? ਤੇ ਫਿਰ ਜਿਹੜਾ ਕੰਮ ਇਹਨਾਂ ਨੇ ਕੀਤਾ ਤੁਸੀਂ 5 ਸਾਲਾਂ ਚ ਕਿੱਥੇ ਸੀ? ਤੁਹਾਡਾ ਨੀ ਫਰਜ਼ ਬਣਦਾ ਸੀ? ਇਹਨਾਂ ਨੇ 2 ਸਾਲਾਂ ਦੇ ਵਿੱਚ ਕੁਛ ਨੀ ਕਰਿਆ। ਜਿਹੜੇ ਸਰਕਾਰੀ ਸਕੂਲਾਂ ਦੀ ਇਮਾਰਤਾਂ ਬਠਿੰਡੇ ਦੇ ਵਿੱਚ ਪੂਰੇ ਸਾਰੇ ਸਕੂਲ, ਮੈਂ ਕਹਿੰਦਾ ਮੈਂ ਇੱਕ ਦਾ ਨੀ ਨਾਂ ਲੈਂਦਾ, ਇਹ ਸਾਰੇ ਕਾਂਗਰਸ ਪਾਰਟੀ ਦੇ ਬਣਾਏ ਹੋਏ ਨੇ। ਜਿਹੜੀ ਗੱਲ ਇਹ ਕਹਿੰਦੇ ਆ ਕਿ ਹਾਸਪਿਟਲ ਬਣਾਏ ਆ, ਸਕੂਲਾਂ ਫੈਮਿਨਸ ਕਹਿੰਦੇ ਆ, ਨਹੀਂ ਨਹੀਂ ਉਹ ਜੋ ਮਰਜ਼ੀ ਕਰੀ ਜਾਣ, ਉਹ ਟ੍ਰੇਨਿੰਗ ਦਵਾਤੀ ਆ, ਟੀਚਰਾਂ ਨੂੰ ਟ੍ਰੇਨਿੰਗ ਦਵਾਤੀ ਆ, ਇਹ ਕੰਮ ਤਾਂ ਕਾਂਗਰਸ ਪਾਰਟੀ ਨੇ ਵੀ ਬਹੁਤ ਵੱਡੇ ਲੈਵਲ ਤੇ ਕੀਤਾ ਸੀ। ਸਿੰਗਾਪੁਰ ਨਹੀਂ, ਸਿੰਗਾਪੁਰ ਭੇਜਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਇੱਥੇ ਹੀ ਸਾਡੇ ਕੋਲ ਜਿਹੜੇ ਇੰਸਟੀਚਿਊਟ ਸੀਗੇ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਦੂਸਰਾ ਹੈਗਾ 43,000 ਨੌਕਰੀ ਦੀ ਗੱਲ ਕਰ ਰਹੇ ਆ, ਇਹ ਸਾਡੀ ਸਰਕਾਰ ਵੱਲੋਂ ਹੀ ਉਸ ਸਮੇਂ ਹਥਿਆਰ ਦਿੱਤੇ ਗਏ ਸੀਗੇ, ਉਹ ਅਮਲੀ ਜਾਮਾ ਜਿਹੜਾ ਇਹਨਾਂ ਨੇ ਦਿੱਤਾ, ਇਹਨਾਂ ਨੇ ਇਕੱਲੇ ਇਹ ਵੀ ਨਿਯੁਕਤੀਆਂ ਵੰਡਤੀਆਂ, ਤੁਹਾਡੇ ਵਾਲੀਆਂ ਨੌਕਰੀਆਂ ਦੇ ਨੰਬਰ ਬਣਾ ਕੇ ਤੁਹਾਨੂੰ ਲੱਗਦਾ। ਤੀਸਰਾ ਨੰਬਰ ਇਹ ਹੈ ਕਿ ਜੇਕਰ ਕਰਜ਼ਾ ਚੱਕ ਚੱਕ ਕੇ ਕੰਮ ਹੀ ਚਲਾਉਣਾ ਹੈਗਾ ਤਾਂ ਫਿਰ 2 ਸਾਲ ਦੀ ਕਿਹੜੀ ਪ੍ਰਾਪਤੀ ਕਰਤੀ ਇਹਨਾਂ ਨੇ? ਤੁਹਾਨੂੰ ਇਉਂ ਨਹੀਂ ਲੱਗਦਾ ਕਿ ਜਿਹੜੇ ਇਹ ਕਹਿ ਰਹੇ ਕਰਜ਼ਾ ਚੱਕ ਕੇ ਤੁਸੀਂ ਕਹਿੰਦੇ ਇਹਨਾਂ ਨੇ ਕੰਮ ਕਰਤੇ ਤੇ ਥੋੜਾ ਬਹੁਤਾ ਤੁਸੀਂ ਚੱਕ ਕੇ ਤੁਸੀਂ ਕਰ ਦਿੰਦੇ, ਅੱਜ ਇਹਨਾਂ ਨੂੰ ਕਹਿਣ ਦਾ ਮੌਕਾ ਨਾ ਮਿਲਦਾ? ਨੋ, ਕਿਉਂਕਿ ਪੰਜਾਬ ਸਾਡਾ ਹੈਗਾ, ਆਪਣਾ ਸਾਰਿਆਂ ਦਾ ਪੰਜਾਬ ਹੈ, ਕਰਜ਼ਾ ਚੱਕਣ ਦਾ ਕੀ ਫਾਇਦਾ ਹੈਗਾ? 1 ਰੁਪਇਆ ਵੀ ਕਰਜ਼ਾ ਨਹੀਂ ਚੱਕਿਆ ਪਿਛਲੇ 5 ਸਾਲਾਂ ਦੇ ਵਿੱਚ ਸਾਡੀ ਕਾਂਗਰਸ ਸਰਕਾਰ ਨੇ, ਇੱਕ ਰੁਪਇਆ ਵੀ ਕਰਜ਼ਾ ਨਹੀਂ ਚੁੱਕਿਆ ਔਰ 1 ਵੀ ਜ਼ਮੀਨ ਨਹੀਂ ਬੇਚੀ, ਪਹਿਲਾਂ ਅਕਾਲੀ ਦਲ ਨੇ ਜ਼ਮੀਨਾਂ ਵੇਚੀਆਂ। ਬਾਕੀਆਂ ਕੋਲੇ ਵੀ ਮੈਂ ਆਉਣਾ, ਥੋੜਾ ਇੰਤਜ਼ਾਰ ਕਰਿਓ, ਇਹ ਆਂਦੇ ਤੁਸੀਂ ਕਰਜ਼ਾ ਚੜਾਤਾ, ਅਸੀਂ ਕਰਜ਼ਾ ਨਹੀਂ ਚੱਕਿਆ। ਇਹਨਾਂ ਨੇ 4 ਲੱਖ ਕਰੋੜ ਦਾ ਕਾਂਗਰਸ ਦੇ ਅਕਾਲੀ ਦਲ ਨੇ ਕਰਜ਼ਾ ਚੱਕਿਆ ਸੀਗਾ, ਔਰ ਇਹ ਕਹਿੰਦੇ ਸਿੰਗਾਪੁਰ ਭੇਜਣ ਦੀ ਲੋੜ ਸੀ ਕਿਉਂਕਿ ਇਹਨੂੰ ਪਤਾ ਸੀ ਜੇ ਬੱਚੇ ਪੜ੍ਹ ਕੇ ਸਾਨੂੰ ਸਵਾਲ ਕਰਨਗੇ, ਇਸ ਕਰਕੇ ਨਪਿੰਦਰ ਜੀ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਤਾਂ ਦੂਰ, ਪੰਜਾਬ ਦਾ ਸੱਤਿਆਨਾਸ ਕਰਤਾ ਸੀ, ਇਹ ਕਹਿੰਦੇ ਸਕੂਲ ਆਫ ਐਮੀਨੈਂਸ ਨੂੰ ਨਹੀਂ ਪਤਾ ਹੋਣਾ ਵੀ ਕੀ ਫੁੱਲ ਪਾਉਂਗੀ ਅਗਲਾ, ਸਾਰਾ ਕੁਝ ਤੁਸੀਂ ਬਣਾਇਆ ਵਾ ਪਹਿਲਾਂ ਦਾ ਹੀ। ਇਹਨਾਂ ਨੂੰ ਕਿਹੜੇ ਤਾਂ ਕੱਲੇ ਰੰਗ ਜਾਣਦੇ ਆ ਕੀ ਕਰਨਾ, ਅੱਜ ਸਕੂਲ ਦੀ ਮੈਂ ਦੱਸਦਾ, ਜਿਹੜਾ ਸਕੂਲ ਆਫ ਐਮੀਨੈਂਸ ਹੈ ਨਾ ਪ੍ਰਾਈਵੇਟਾਂ ਵਿੱਚੋਂ ਹਟ ਕੇ ਬੱਚੇ ਉੱਥੋਂ ਸਿਫਾਰਸ਼ਾਂ ਦੇ ਬੱਚੇ ਲੱਗ, ਇਹਨਾਂ ਨੂੰ ਸਿਫਾਰਸ਼ਾਂ ਕਰ ਰਹੇ ਆ ਆਪੇ ਕਾਂਗਰਸ ਦੇ ਬੰਦੇ, ਸਿਫਾਰਸ਼ ਚੱਲਦੀ ਕੋਈ ਨੀਗੀ, ਨਰੋੜ ਰੱਖ ਰਹੇ ਆ, ਇਹ ਤਾਂ ਕੱਲੀਆਂ ਗੱਲਾਂ ਕਰਦੇ ਆ। ਇੰਨੇ ਦਾ ਕਰਜ਼ਾ ਚੜਾ ਕੇ ਅਸੀਂ ਜਿਹੜਾ ਕਹਿੰਦੇ ਬਿਜਲੀ ਬੋਰਡ ਦੀ, ਬਿਜਲੀ ਬੋਰਡ ਦਾ ਰਿਕਾਰਡ ਕੱਢ ਕੇ ਮੇਰੇ ਨਾਲ ਆ ਜਾਣ ਮੈਕ ਤੇ, ਅਸੀਂ ਤਾਂ ਘਾਟਾ ਪੂਰਾ ਕੀਤਾ ਬਿਜਲੀ ਬੋਰਡ ਦਾ। ਤਾਂ ਜਿਹੜੇ ਦਾਅਵੇ ਇਹ ਕਰੀ ਜਾਂਦੇ ਆ, ਉਹਨਾਂ ਨੇ 2 ਸਾਲਾਂ ਚ ਅਸੀਂ ਇੰਨੇ ਫੱਟੇ ਚੱਕਤੇ ਵੀ ਲੋਕ ਸਾਨੂੰ ਵੋਟ ਪਾਉਣਗੇ, ਤੇ ਉਹ ਕਾਂਗਰਸ ਵਾਲੇ ਕਹਿੰਦੇ ਵੀ ਇਹ ਕੰਮ ਸਾਡੇ ਕੀਤੇ ਹੋਏ ਸੀ, ਪਰ ਤੁਸੀਂ 10 ਸਾਲ ਕਿੱਥੇ ਸੀ? ਬਰਾੜ ਸਾਹਿਬ, ਸਭ ਤੋਂ ਪਹਿਲਾਂ ਦਾ ਜਿਹੜਾ ਪਾਰਕ ਖੜਾ ਹੈ ਇਹ ਬੀਬਾ ਹਰਸਿਮਰਤ ਕੌਰ ਬਾਦਲ ਦਾ ਬਾਹਰ ਚ ਨੀਂਹ ਪੱਥਰ ਰੱਖਿਆ, ਤੁਸੀਂ ਜਾ ਕੇ ਦੇਖ ਲਓ ਖੜਾਂ ਦੇ ਜਿੱਥੇ ਬੈਠੇ ਆ ਇੱਥੇ। ਬਾਕੀ ਜੀਦਾ ਸਾਹਿਬ ਵਕੀਲ ਹੈ, ਇਹ ਕੋਰਟ ਦੇ ਵਿੱਚ ਬਹਿੰਦੇ ਆ, ਉੱਥੇ ਕੰਪਲੈਕਸ ਬਣਿਆ ਇੱਕ ਕਿੱਡਾ ਵੱਡਾ, ਉਹ ਸਾਰਾ ਅਕਾਲੀ ਸਰਕਾਰ ਚ ਬਣਿਆ। ਮੈਂ ਕਹਿੰਦਾ ਵੀ ਕਿੰਨੇ ਵਿਕਾਸ ਕਾਰਜ ਹੋਰ ਵੀ ਤੁਹਾਨੂੰ ਕਿੰਨੇ ਦੱਸਦਾ ਮੈਂ ਵੀ ਇੱਥੇ ਬਠਿੰਡੇ ਦੇ ਵਿੱਚ, ਬਠਿੰਡੇ ਤੋਂ ਚੰਡੀਗੜ੍ਹ ਸੜਕ ਹੈ ਜਿਹੜੀ, ਇਹ ਵੀ ਅਕਾਲੀ ਸਰਕਾਰ ਨੇ ਬਣਾਈ, ਭਲਾ ਸੈਂਟਰ ਸਰਕਾਰ ਦੀ ਮਦਦ ਨਾਲ ਬਣਾਈ, ਉਹ ਵੱਖਰੀ ਗੱਲ ਹੈ। ਐਸਾ ਕੀ ਚੱਕਰ ਹੈ, ਐਸਾ ਕਿਉਂ ਹੋ ਜਾਂਦਾ ਵੀ ਜਿਹੜੀ ਸਰਕਾਰ ਜੀ ਦੀ ਹੁੰਦੀ ਆ ਉਹਨੂੰ ਲੱਗਦਾ ਮੈਂ ਤਾਂ ਸਾਰਾ ਕਰਾਤਾ ਦਿਖ ਰਿਹਾ, ਦੂਜਿਆਂ ਦਾ ਕਿਰਾਇਆ ਦਿਖਣੋਂ ਕਿਉਂ ਹਟ ਜਾਂਦਾ? ਕੋਈ 1 ਨੀਂਹ ਪੱਥਰ ਦਿਖਾ ਦੇਣ ਬਠਿੰਡੇ ਦੇ ਵਿੱਚ ਤੇ ਅਸੀਂ ਤੁਹਾਨੂੰ ਇੱਥੇ 100 ਨੀਂਹ ਪੱਥਰ ਵਿਖਾ ਦਿੰਦੇ ਹਾਂ। ਸੈਂਟਰ ਦੀ ਮਦਦ ਨਾਲ ਹੋ ਗਏ, ਸੈਂਟਰ ਵੀ ਕੋਈ ਕਿਸੇ ਦਾ ਤਾਂ ਹੈ ਨੀ, ਸੈਂਟਰ ਨੂੰ ਵੀ ਫੰਡ ਪੈਸਾ ਸੂਬਿਆਂ ਤੋਂ ਹੀ ਜਾਂਦਾ,
ਤੁਹਾਨੂੰ ਕੀ ਲੱਗਦਾ ਜਿਹੜੇ ਇਹਨਾਂ ਸਾਰਿਆਂ ਨੇ ਦਾਅਵੇ ਕੀਤੇ, ਇਹਨਾਂ ਦਾਅਵਿਆਂ ਚ ਦਮ ਲੱਗਦਾ ਤੁਹਾਨੂੰ? ਸਰ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੇ, ਇਹਨਾਂ ਨੇ ਸਕੂਲ ਆਫ ਐਮੀਨੇਸ਼ਨ ਦੀ ਗੱਲ ਕੀਤੀ। ਇੱਕ ਮਿੰਟ ਐਮੀਨੈਂਸ, ਇਹਨਾਂ ਦੇ ਥੱਪੜ ਤਾਂ ਹਾਈਕੋਰਟ, ਦਿੱਲੀ ਹਾਈਕੋਰਟ ਨੇ ਮਾਰਿਆ। ਇਹਨਾਂ ਦੇ ਜਿਹੜੇ ਐਜੂਕੇਸ਼ਨ ਦੀ ਗੱਲ ਕਰਦੇ ਪਏ ਆ, ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਪਏ ਆ, ਦਿੱਲੀ ਹਾਈਕੋਰਟ ਨੇ ਪੁੱਛਿਆ ਇਹਨਾਂ ਨੂੰ ਕਿ ਨਾ ਤਾਂ ਉਸ ਦਿੱਲੀ ਸਕੂਲ, ਦਿੱਲੀ ਸਰਕਾਰ ਦੇ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਕਿਤਾਬਾਂ ਮਿਲੀਆਂ, ਨਾ ਵਰਦੀ ਮਿਲੀ। ਦੂਜੀ ਗੱਲ ਬਾਰ ਬਾਰ ਏਮਸ ਦੀ ਗੱਲ ਆਉਂਦੀ ਪਈ ਹੈ। ਆਲ ਇੰਡੀਆ ਮੈਡੀਕਲ ਇੰਸਟੀਚਿਊਟ ਇਕੱਲੇ ਬਠਿੰਡੇ ਦੇ ਵਿੱਚ ਨਹੀਂ, 22 ਐਲਾਨੇ ਗਏ ਸੀ, ਜਿਹਦੇ ਵਿੱਚੋਂ 16 ਓਪਰੇਸ਼ਨਲ ਹੈ। ਬਠਿੰਡੇ ਦੇ ਵਿੱਚ ਜੇ ਏਅਰਪੋਰਟ ਆਇਆ ਜਿਹੜਾ ਲੋਕਾਂ ਦੀ ਸਹੂਲੀਅਤ ਵਾਸਤੇ ਸੀਗਾ, ਉਹ ਵੀ ਮੋਦੀ ਸਾਹਿਬ ਨੇ ਆਇਆ। 15,000 ਕਰੋੜ ਰੁਪਇਆ ਨੈਸ਼ਨਲ ਹਾਈਵੇ ਵਾਸਤੇ ਬਠਿੰਡੇ ਦੇ ਵਿੱਚ ਦਿੱਤਾ ਗਿਆ, ਇਹ ਮੋਦੀ ਸਰਕਾਰ ਦੀ ਦੇਣ ਹੈ। ਇਸ ਤੋਂ ਇਲਾਵਾ ਵੀ ਆਯੁਸ਼ਮਾਨ ਭਾਰਤ ਦੇ ਅੰਦਰ ਗਰੀਬ ਲੋਕਾਂ ਦਾ ਇਲਾਜ ਹੋ ਰਿਹਾ। ਤੁਹਾਨੂੰ ਲੱਗਦਾ ਕਿ ਇਹਨਾਂ ਸਾਰੇ ਕੰਮਾਂ ਦੇ ਬਦਲੇ ਲੋਕ ਆ ਜਿਹੜੇ ਪੰਜਾਬ ਦੇ ਹੋਏ ਤਾਂ ਪਰ ਬਠਿੰਡੇ ਦੇ ਲੋਕ ਤੁਹਾਨੂੰ ਵੋਟ ਕਰਦੇ? ਬਿਲਕੁਲ ਜੀ, ਬਿਲਕੁਲ ਕਰਨਗੇ। ਕੰਮ ਕੀਤੇ ਆ, ਮੋਦੀ ਸਾਹਿਬ ਦੇ ਕੰਮਾਂ ਦੇ ਉੱਤੇ ਮੋਹਰ ਲੱਗੂਗੀ। ਇਹ ਕਹਿੰਦੇ ਜੀ ਅਸੀਂ ਇੰਨੇ ਕੰਮ ਕਰਾਤੇ ਵੀ ਲੋਕ ਸਾਨੂੰ ਵੋਟ ਕਰ ਦੇਣ ਬੀਜੇਪੀ ਨੂੰ, ਆ ਬਾਕੀਆਂ ਦੇ ਦਾਅਵੇ ਵੀ ਤੁਸੀਂ ਸੁਣ ਲਿਆ। ਸਾਰੇ ਇਕੱਲੇ ਦਾ ਦਵਾਨ ਹੈ। ਇਹਨਾਂ ਨੇ ਪਹਿਲਾਂ ਕੰਮ ਕੀਤਾ, ਸਾਡੇ 700 ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਕੀਤਾ, ਦਿੱਲੀ ਜਾਣੋ ਸਾਨੂੰ ਬੰਦ ਕੀਤਾ। MSP ਇਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਆ, ਉਦੋਂ ਮੁੱਖ ਮੰਤਰੀ ਹੁੰਦਾ ਸੀਗਾ ਗੁਜਰਾਤ ਦਾ, ਉਹਨੇ ਕਿਹਾ ਵੀ ਮੇਰੀ ਸਰਕਾਰ ਲਿਓ ਮੈਂ ਲਿਆਉਂਗਾ। ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦੇ ਬੈਠੇ ਕਿ ਅਸੀਂ MSP ਦੇ ਨਹੀਂ ਸਕਦੇ। ਇਹ ਇਹਨਾਂ ਕੋਲ ਕੀ ਆ 10 ਸਾਲਾਂ ਦੇ? ਇਹ ਵੀ ਕਹਿੰਦੇ 70 ਸਾਲਾਂ ਜੋ ਕੁਛ ਹੋਇਆ ਨੀ, ਮੈਂ ਤਾਂ ਬਾਂਦਰ ਸੀ, ਇਹਨਾਂ ਦੇ ਰਾਜ ਚੱਕ ਬੰਦਾ ਬਣਿਆ। ਇਹੀ ਕਹਿੰਦੇ ਨਾ ਵੀ ਅਸੀਂ ਜੋ ਕੀਤਾ 70 ਸਾਲਾਂ ਚ ਅਸੀਂ ਕੀਤਾ, ਇਹਨਾਂ ਕੋਲ ਕੁਛ ਨੀ। ਹੁਣ ਦਿੱਲੀ ਜਾਂਦੇ ਸੀ, ਹੁਣ ਸਾਡੇ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਮਾਰ ਕੇ ਉਹ ਕਰਤਾ, ਆ ਜਾਣਾ ਪਿੰਡਾਂ ਚ ਦਿੱਲੀ ਨਾਲ ਗੱਲ ਕਰ ਲੈਣ, ਪਤਾ ਲੱਗ ਜੂ ਕਿੰਨੀਆਂ ਮਿਲਦੀਆਂ ਵੋਟਾਂ। ਪਿੰਡਾਂ ਚ ਆਉਂਦੇ ਆ ਜੀ, ਤੁਸੀਂ ਆਉਣ ਨੀ ਦਿੰਦੇ ਕਹਿੰਦੇ। ਇਹ ਕਹਿੰਦੇ ਆ ਜਮਹੂਰੀਅਤ ਆ, ਹਰੇਕ ਬੰਦੇ ਨੂੰ ਗੱਲ ਕਹਿੰਦਾ ਅਧਿਕਾਰ ਆ। ਤੁਸੀਂ ਦੱਸੋ ਸਾਡਾ ਦਿੱਲੀ ਦੇ ਵਿੱਚ ਹੱਕ ਬਣਦਾ ਕਿ ਨਹੀਂ ਬਣਦਾ? ਜੇ ਸਾਡੇ ਵੀਰੀ ਕਿੱਲ ਗੜ ਸਕਦੇ ਆ, ਸਾਡੇ ਵੀਰੀ ਬੈਰੀਅਰ ਲਾ ਸਕਦੇ ਆ, ਸਾਡੇ ਵੀਰੀ ਵੱਡੇ ਵੱਡੇ ਪੱਥਰ ਲਾ ਸਕਦੇ ਆ, ਫਿਰ ਅਸੀਂ ਪਿੰਡ ਚ ਕਿਹੜੇ ਮੂੰਹ ਨਾਲ ਆਉਣ? ਦੂਜੇ ਜਿਹੜੇ ਮੇਰੇ ਭਰਾ ਬੈਠੇ ਆ, ਉਚਕੀ ਨਾਲ MSP ਦਿੰਦੀ ਕਿੱਧਰ ਗਈ 5 ਮਿੰਟਾਂ ਚ? CM ਕਹਿੰਦਾ ਸੀ 22 ਚ ਮੈਨੂੰ ਲੈ ਕੇ ਆਓ, ਮੈਂ ਕਹਿੰਦਾ MSP ਦੂੰਗਾ, ਕਿੱਥੇ ਗਈ? ਮੁਰਗੀ ਦਾ ਮੁਆਵਜ਼ਾ, ਬੱਕਰੀ ਦਾ ਮੁਆਵਜ਼ਾ, ਆਂਡਿਆਂ ਦਾ ਮੁਆਵਜ਼ਾ, ਦੱਸਣ ਕਿੱਥੇ ਦਿੱਤਾ? 2 ਸਾਲਾਂ ਦੇ ਵਿੱਚ ਇਹ ਗਰੰਟੀ ਆ, ਜੇ ਇੱਕ ਵੀ ਦਾ ਸਾਡੇ ਨਾਲ ਡਿਬੇਟ ਕਰ ਲੈਣ ਜੇ ਕੀਤਾ ਹੋਵੇ ਪੂਰਾ। ਇੱਧਰ ਅਕਾਲੀ ਦਲ ਅੰਮ੍ਰਿਤਸਰ ਯਾਨੀ ਸਿਮਰਜੀਤ ਸਿੰਘ ਮਾਨ ਦਾ ਗਰੁੱਪ ਤੇ ਲੱਖਾ ਚੋਣ ਮੈਦਾਨ ਦੇ ਵਿੱਚ ਆ, ਕੀ ਲੱਗਦਾ ਜੀ? ਇੱਥੇ ਤਾਂ ਵੱਡੇ ਵੱਡੇ ਪ੍ਰੋਜੈਕਟ, 1,000 ਕਰੋੜ ਦੀਆਂ ਗੱਲਾਂ ਕੇਂਦਰ ਵਾਲੇ ਕਰੀ ਜਾਂਦੇ ਆ, ਇੱਧਰ ਸਕੂਲ ਆਫ ਐਮੀਨੈਂਸ ਹੋਈ ਜਾਂਦਾ, ਕਾਂਗਰਸ ਵਾਲਿਆਂ ਦੇ ਅਸੀਂ ਬਿਨਾਂ ਕਰਜ਼ੇ ਤੋਂ ਸੁਧਾਰਤਾ, ਅਕਾਲੀ ਦਲਾਂ ਦਾ ਜੋ ਕੀਤਾ 10 ਸਾਲਾਂ ਚ ਅਸੀਂ ਕੀਤਾ, ਤੁਹਾਨੂੰ ਫਿਰ ਲੋਕ ਕਿਉਂ ਵੋਟ ਕਰ ਦੇਣ? ਸਭ ਤੋਂ ਪੰਜਾਬ ਦੇ ਵਿੱਚ ਵੱਡਾ ਮੁੱਦਾ ਜਿਹਦੇ ਉੱਤੇ ਕੋਈ ਵੀ ਪਾਰਟੀ ਆਪਦਾ ਮੂੰਹ ਨਹੀਂ ਖੋਲ ਰਹੀ, ਨਸ਼ੇ ਦਾ ਮੁੱਦਾ। ਚਿੱਟਾ ਜਿਹੜਾ ਘਰਾਂ ਦੇ ਵਿੱਚ, ਘਰਾਂ ਦੇ ਘਰ ਕਰ ਗਿਆ, ਸਾਡੇ ਭੈਣਾਂ ਦੇ ਸੁਹਾਗ ਉੱਜੜ ਗਏ, ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਗਿਆ। ਸਾਰੀਆਂ ਪਾਰਟੀਆਂ ਨੇ ਚਿੱਟੇ ਦੇ ਨਾਮ ਤੇ ਰਾਜਨੀਤੀ ਕੀਤੀ, ਜੇ ਕਾਂਗਰਸ ਵਾਲੇ, ਅਕਾਲੀ ਦਲ ਵਾਲੇ, ਆਮ ਆਦਮੀ ਵਾਲੇ 3 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰ ਰਹੇ ਸੀ। ਇਸ ਮੁੱਦੇ ਤੇ ਜੇ ਲੱਖੇ ਸਦਾਣੇ ਨੇ ਆਵਾਜ਼ ਚੱਕੀ ਹੈ, ਹਰ ਮੁੱਦੇ ਤੇ ਉਹ ਆਵਾਜ਼ ਚੱਕਦੇ ਨੇ, ਪਰ ਇਹ ਸਭ ਤੋਂ ਵੱਡਾ ਜਿਹੜਾ ਨਸ਼ੇ ਦਾ ਮੁੱਦਾ, ਉਹਦੇ ਉੱਤੇ ਬੋਲਣ ਲਈ ਤਿਆਰ ਨਹੀਂ ਗਏ। ਪਾਣੀ ਦਾ ਮਸਲਾ, ਪੰਜਾਬੀ ਦਾ ਮਸਲਾ, ਨੌਜਵਾਨਾਂ ਦੇ ਵਿਦੇਸ਼ ਜਾਣ ਦਾ ਮਸਲਾ, ਬੜੇ ਗੰਭੀਰ ਮਸਲੇ ਨੇ, ਪਰ ਤੁਸੀਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕਨਵਿੰਸ ਕਰ ਪਾਓਗੇ ਆ ਜਿਹੜੇ ਐਕਟਿਵ ਪੋਲੀਟੀਸ਼ੀਅਨ ਬੈਠੇ ਨੇ ਇਹਨਾਂ ਦੇ ਦੌਰਾਨ? ਅਸੀਂ ਪੂਰੀ ਤਨਦੇਹੀ ਦੇ ਨਾਲ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ, ਘਰ ਘਰ ਜਾ ਕੇ ਲੋਕਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਜਿਵੇਂ ਪ੍ਰਵਾਸ ਕਰ ਰਹੇ ਨੇ ਆਪਣੇ ਨੌਜਵਾਨ, ਆਈਲੈਟ ਸੈਂਟਰ ਜਿਹੜੇ ਥਾਂ ਥਾਂ ਤੇ ਖੁੱਲ੍ਹ ਗਏ, ਬ੍ਰੇਨ ਡਰੇਨ ਦੀ ਗੱਲ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਕੀਤੀ ਸੀ ਸੰਸਦ ਦੇ ਵਿੱਚ, ਉਹਦੇ ਉੱਤੇ ਕੋਈ ਕੰਮ ਨਹੀਂ ਹੋਇਆ। ਜਿੰਨਾ ਪੰਜਾਬੀ ਜਿਹੜੀ ਹੋਰਡਿੰਗ ਲੱਗੇ ਹੋਏ ਸੀ ਸਾਰੀਆਂ ਸੜਕਾਂ ਦੇ ਉੱਤੇ, ਜੇ ਉਹ ਲੜਾਈ ਲੜੀ ਲੱਖੇ ਸਦਾਣੇ ਨੇ ਇਹ ਗੱਲ ਕੀਤੀ ਕਿ ਜੇ ਪੰਜਾਬੀ ਜਿੰਦਾ ਰਹੇਗੀ ਤੇ ਪੰਜਾਬੀਅਤ ਜਿੰਦਾ ਰਹੇਗੀ, ਆਪਾਂ ਜਿੰਦਾ ਰਹਾਂਗੇ। ਪੰਜਾਬੀ ਯੂਨੀਵਰਸਿਟੀ ਤੋਂ ਮੇਰੀ ਗੱਲ, ਉੱਥੇ ਕਿਹਦੇ ਬੱਚੇ ਪੜ੍ਹਦੇ ਆ?
ਉੱਥੇ ਆਮ ਪਰਿਵਾਰਾਂ ਦੇ ਬ੍ਰਿਲੀਅੰਟ ਬੱਚੇ ਪੜ੍ਹਦੇ ਆ ਤੇ ਪੰਜਾਬੀ ਯੂਨੀਵਰਸਿਟੀ ਬੰਦ ਹੋ ਜਾਣੀ ਸੀ। ਆਮ ਆਦਮੀ ਪਾਰਟੀ ਪੰਜਾਬੀ ਯੂਨੀਵਰਸਿਟੀ ਨੂੰ ਰੋਜ਼ ਦਾ 1 ਕਰੋੜ ਰੁਪਏ ਦਿੰਦੀ ਹੈ, ਡੇਲੀ ਦਾ 1 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਦਿੰਦੀ ਹੈ ਤੇ ਆਮ ਆਦਮੀ ਪਾਰਟੀ ਕਰਕੇ ਪੰਜਾਬੀ ਯੂਨੀਵਰਸਿਟੀ ਆਪਦੇ ਪੈਰਾਂ ਤੇ ਮੁੜ ਖੜਾ ਹੋਣ ਲੱਗੀ ਹੈ। ਆ ਜਿਹੜੇ ਹਰੀ ਪੱਗ ਵਾਲੇ ਬੈਠੇ ਆ, ਦੁਆਬਾ ਨਹਿਰ ਤੇ ਮਾਲਵਾ ਨਹਿਰ, ਦੁਆਬਾ ਨਹਿਰ ਤੇ ਮਾਲਵਾ ਨਹਿਰ ਕੌਣ ਕੱਢਣ ਜਾ ਰਿਹਾ? ਆਮ ਆਦਮੀ ਪਾਰਟੀ ਕੱਢਣ ਜਾ ਰਹੀ ਹੈ। ਸੋ ਇਸ ਟੋਲ ਪਲਾਜ਼ੇ ਕਿਹਨੇ ਬਣ ਗਏ? 14 ਟੋਲ ਪਲਾਜ਼ੇ ਬੰਦ ਕਰੇ, 70 ਸਾਲ ਚ ਕਦੇ ਕਿਸੇ ਨੇ ਬੰਦ ਹੀ ਨਹੀਂ ਕਰੇ ਸੀ। ਆਮ ਆਦਮੀ ਪਾਰਟੀ ਨੇ 14 ਕਰੇ, ਉਹਦਾ ਕਹਿੰਦੇ ਟੋਲ ਪਲਾਜ਼ੇ ਬੰਦ ਕੀਤੇ, ਬਹੁਤ ਕੁਝ ਕੀਤਾ। 1 ਮਿੰਟ, ਜਿਹੜਾ ਟੂਲ ਪਲਾਜ਼ੇ ਬੰਦ ਕੀਤੇ ਸੀ ਉਹ ਤੋਂ 10 ਕਿਲੋਮੀਟਰ ਅੱਗੇ ਹੋਰ ਨਵੇਂ ਖੋਲ੍ਹਤੇ ਇਹਨਾਂ ਨੇ, ਕਿਉਂਕਿ ਜਿਹੜੇ ਪਿਛਲੀਆਂ ਸਰਕਾਰਾਂ ਲੁੱਟ ਗਈਆਂ ਕਾਂਗਰਸ ਨੇ ਲੁੱਟਿਆ ਗਾ। ਅਸੀਂ ਸਾਬਕਾ ਫੌਜੀ ਹਾਂ ਜੀ। ਇਸ ਦੇਸ਼ ਦੀ ਸਰਕਾਰ ਨੇ ਪਹਿਲਾਂ ਨਾਰਾ ਸੀਗਾ ਜੈ ਜਵਾਨ ਜੈ ਕਿਸਾਨ, ਕਿਸਾਨ ਤੇ ਜਵਾਨ ਦੋਨੇ ਰੋਲ ਦੇ, 4 ਸਾਲ ਨੌਕਰੀ ਕਰਕੇ ਅਸੀਂ ਕਿੱਥੇ ਜਾਵਾਂਗੇ? ਸਾਡੇ ਇਹਨਾਂ ਦੀ MLA MP ਬਣ ਤੇ ਉਹਨਾਂ ਦੀ ਇੱਕ ਦਿਨ ਬਣ ਜੇ ਤਾਂ ਉਹਦੀ ਪੈਨਸ਼ਨ ਲਾਗੂ ਹੋ ਜਾਂਦੀ ਹੈ। ਸਾਡੇ ਜਵਾਨ 4 ਸਾਲ ਨੌਕਰੀ ਕਰਕੇ ਪਿੱਛੋਂ ਕਿੱਥੇ ਜਾਣਗੇ ਦੱਸੋ? ਸਾਡਾ ਕਿਸਾਨ ਕਿੱਥੇ ਜਾਊਗਾ? ਇਹ ਬੜਾ ਵੱਡਾ ਮਸਲਾ ਜੀ। ਇਹ ਕਹਿੰਦੇ ਵੀ ਟੋਲ ਪਲਾਜ਼ੇ ਬੰਦ ਕੀਤੇ ਆ, ਜੇ ਮਾਈ ਦੇ ਲਾਲਾ ਤਾਂ ਜਿਹੜਾ ਬੇਗੇ ਵਾਲਾ ਟੋਲ ਪਲਾਜ਼ੇ ਬੰਦ, ਜਿਹੜੀ ਚੀਜ਼ ਬੰਦ ਹੋਣੀ ਉਹਨੂੰ ਤਾਂ ਜਿਹੜਾ ਮਰਜ਼ੀ ਕਰਦੇ ਬੰਦ ਜਾ ਕੇ। ਸਾਡੀ ਸਰਕਾਰ 'ਚ ਟੋਲ ਪਲਾਜ਼ੇ ਬੰਦ ਹੋਇਆ ਪਹਿਲਾਂ ਕੋਈ ਟੋਲ ਪਲਾਜ਼ੇ, ਉਹਦੀ ਡੇਟ ਲੰਘੀ ਤਾਂ ਬੰਦ ਹੋ ਗਿਆ। ਮੈਂ ਕਹਿੰਦਾ ਇਹਨੇ ਨੇ ਸਰਕਾਰ 'ਚ ਇੱਕ ਵੀ ਡੇਟ ਨਹੀਂ ਲੰਘੀ, 1 ਟੋਲ ਪਲਾਜ਼ੇ ਡੇਟ ਵੀ ਜੱਪੀ ਨੇ ਸਰਕਾਰ 'ਚ, ਸਿਰਫ ਦੇ ਸਿਰਫ ਰੌਲਾ ਲਾ ਕੇ ਪਾਉਂਦੇ ਆ। ਮੈਂ ਕਹਿੰਦਾ ਨਾ ਇਹਨੂੰ ਕੋਈ ਨੌਲੇਜ ਹੈ ਨਾ ਕਿਸੇ ਗੱਲ ਦਾ ਪਤਾ ਹੈ। ਇਹ ਡਰਾਮੇਬਾਜ਼ ਪਾਰਟੀ ਹੈ ਜੀ, ਜੁਮਲੇਬਾਜ਼ ਪਾਰਟੀ ਹੈ, ਕੰਮ ਇਹਨਾਂ ਨੇ ਡੱਕਾ ਨਹੀਂ ਕਰਿਆ। ਅੱਜ ਜਿਵੇਂ ਕਿਸਾਨ ਯੂਨੀਅਨ ਸਾਡੇ ਬੈਠੇ ਨੇ, ਅੱਜ ਚੁਟਕੀ ਦੇ ਵਿੱਚ MSP ਉਹਦਾ ਜਵਾਬ ਕਿਉਂ ਨਹੀਂ ਦਿੰਦੇ? ਉਹ ਬੀਬੀ ਐਂ ਕਹਿੰਦੀ ਸੀ ਤੁਸੀਂ ਪਾਸੇ ਹੋ ਤੇ ਅਸੀਂ ਦੂਜੇ ਦੇ ਨਹੀਂ ਦੇ ਦਿਆਂਗੇ। ਤੁਸੀਂ ਪਾਸੇ ਹੋਏ ਤਾਂ ਨਹੀਂ ਫਿਰ ਲੋਕਾਂ ਨੇ ਕੀ? ਸਾਨੂੰ ਪਤਾ ਸੀਗਾ ਇਹਨਾਂ ਦੇ ਪੱਲੇ ਕੁਛ ਨਹੀਂ ਸੀ, ਠੀਕ ਹੈ? ਅਸੀਂ ਪਰ ਉਹ ਚੁਟਕੀ ਦਾ ਹਿਸਾਬ ਤਾਂ ਮੰਗਦੇ ਨੇ, ਲੋਕਾਂ ਦਾ ਪਾਸੇ ਕਰਤਾ। ਅਸੀਂ ਲਾਈਟ ਦਿੱਤੀ ਹੈ ਦਿਨ ਰਾਤ। ਰਹੀ ਗੱਲ ਜਿਨ੍ਹਾਂ ਦੇ ਬੀਬਾ ਜੀ ਦੀ ਗੱਲ ਕਰ ਰਹੇ ਹੈਗੇ, ਉਹਨਾਂ ਨੇ ਮਾਫੀ ਵੀ ਮੰਗੀ ਸੀਗੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਨਵੇਂ ਹੈਗੇ, ਕਈ ਗੱਲਾਂ ਦੀ ਨੌਲੇਜ ਨਹੀਂ ਵੀ ਹੁੰਦੀ। ਉਹਨਾਂ ਨੇ ਕੱਲ ਕਲੀਅਰ ਕੀਤੀ ਸੀ ਬਾਤ ਜੀ। ਹੁਣ ਚੁਟਕੀ ਦੀ ਗੱਲ ਨਾ ਕਰਿਓ, ਕਲੀਅਰ ਕਰਤਾ। ਉਹ ਕਹਿੰਦੇ ਕਲੀਅਰ ਕਰਤਾ, ਕੋਈ ਮਸਲਾ ਨਹੀਂ, ਉਹ ਕਿਹਾ ਗਿਆ, ਕੋਈ ਗੱਲ ਨਹੀਂ, ਮੰਨ ਗਏ। ਹੁਣ ਤੁਹਾਡੇ ਹੱਥ 'ਚ MSP ਹੈ, ਤੁਸੀਂ ਕਿਉਂ ਬਾਰਡਰਾਂ ਤੇ ਪਾਇਆ ਇਹ? ਫਿਰ ਕਿਉਂ ਨਹੀਂ ਦਿੰਦੇ? ਕਹਿੰਦੇ ਸਰ MSP ਸੈਂਟਰ ਸਬਜੈਕਟ ਨਹੀਂ, ਸਟੇਟ ਸਬਜੈਕਟ ਹੈ MSP ਸਟੇਟ। ਨਵਾਂ ਸਭ ਕਰਤਾ, ਪੰਜਾਬ ਦਾ ਮੁੱਦਾ ਕਿਵੇਂ ਹੋਇਆ? ਇਹਦਾ ਸੈਂਟਰ ਦਾ ਮੁੱਦਾ, ਇਹਦਾ ਕਿਸੇ ਅਨਪੜ੍ਹ ਨੂੰ ਵੀ ਪਤਾ, ਜਿਹੜੇ ਬੇਵਕੂਫ ਨੂੰ ਪਤਾ ਵੀ ਦੱਸੂਗਾ। ਸਟੇਟ ਸਬਜੈਕਟ ਹੈ, ਬਿਲਕੁਲ ਸਟੇਟ ਸਬਜੈਕਟ ਹੈ। ਨਵੀਂ ਗੱਲ ਸੁਣਾ ਦੀ ਹਾਂਜੀ, ਮੈਂ ਇੱਕ ਮਿੰਟ ਜੀ, ਮੈਂ ਇੱਕ ਗੱਲ ਸਿੰਪਲ ਜੀ ਹੈ, ਦੋਨੋਂ ਸਰਕਾਰਾਂ ਬੈਠੀਆਂ ਪਿਛਲੇ 12-13 ਸਾਲ ਇਹਨਾਂ ਨੇ ਰਾਜ ਕਰ ਲਿਆ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਇਹਨਾਂ ਨੂੰ, ਪੰਜਾਬ ਦਾ ਬੇਸਿਕ ਇਨਫਰਾਸਟ੍ਰਕਚਰ ਡਿਵੈਲਪ ਕਰਨ ਵਾਸਤੇ ਪੈਸਾ ਕਿਹਨੇ ਦਿੱਤਾ? ਦੂਜੀ ਗੱਲ, ਸਾਡੇ ਕਾਂਗਰਸ ਵਾਲੇ ਭਾਈ ਵਾਲੇ ਇੱਥੇ ਬੈਠੇ ਆ, ਇਹਨਾਂ ਦੇ ਕੈਂਡੀਡੇਟ ਦਾ ਨਾਂ ਪਾਓ ਤੁਸੀਂ ਗੂਗਲ ਤੇ, ਜੀਤਮਿੰਦਰ ਸਿੰਘ ਸਿੱਧੂ ਸਕੈਮ, 231 ਕਰੋੜ ਰੁਪਏ ਦਾ 1 ਘੁਟਾਲਾ, 60 ਕਰੋੜ ਰੁਪਏ ਦਾ 1 ਘੁਟਾਲਾ ਜੀਤਮਿੰਦਰ ਸਿੱਧੂ ਦੇ ਸਾਹਮਣੇ। ਮੈਨੂੰ ਕਲੀਨ ਚਿੱਟ ਮਿਲ ਗਈ।
ਦਿੱਲੀ ਦੇ ਵਿੱਚ ਇਹ ਇਕੱਠੇ ਹੋਏ ਜਾਂਦੇ ਹੈ, ਇੱਥੋਂ ਲੱਤੋ ਲੱਤੀ ਹੋਈ ਜਾਂਦੇ ਹੈ। ਕੱਲ ਨੂੰ ਸਰਕਾਰ ਬਣ ਗਈ ਇਹਨਾਂ ਦੀ, ਇਹਨਾਂ ਦਾ ਕੀ ਸਟੈਂਡ ਰਹੂਗਾ? ਟੇਲਾਂ ਦੇ ਪਾਣੀ ਕਿਹਾ ਸੀ ਇਹਨਾਂ ਨੇ, ਸਾਡਾ ਲੰਬੀ ਮਾਣ ਮਹਿਨਰ ਹੈ, ਪਿਛਲੇ 5 ਸਾਲਾਂ ਤੋਂ ਟੇਲਾਂ ਦੇ ਪਾਣੀ ਅੱਜ ਜਾ ਕੇ ਵੇਖ ਲੈਣਾ। ਅਸੀਂ ਤਾਂ ਡਿਵੈਲਪਮੈਂਟ ਦੇ ਮੁੱਦੇ ਤੇ ਵੋਟ ਮੰਗਾਂਗੇ। ਬੀਬਾ ਹਰਸਿਮਰਤ ਕੌਰ ਬਾਦਲ 3 ਵਾਰੀ MP ਬਣੇ ਆ, 3 ਵਾਰੀ ਵੱਡੇ ਪ੍ਰੋਜੈਕਟ ਲੈ ਕੇ ਆਏ ਆ, 3 ਵਾਰੀ ਕੇਂਦਰੀ ਯੂਨੀਵਰਸਿਟੀ ਆਈ ਹੈ, ਏਮਸ ਆਇਆ ਤੇ ਹੋਰ ਬੜਾ ਕੁਝ। ਸ੍ਰੀ ਮਾਨ ਜੀ ਖੇਤੀ ਅੱਜ ਬਠਿੰਡਾ ਜੋ ਵੀ ਆ ਸਰ ਬਦਲਾ ਕਰਕੇ ਬੰਡੇ ਚ ਜੋ ਵੀ ਅੱਜ ਬਠਿੰਡਾ ਨਾ ਬਾਲਾ ਸਾਹਿਬ ਰੱਖਿਆ। ਕਾਂਗਰਸ ਤਾਂ ਇਹ ਦੱਸਦੇ ਵੀ ਘਰ ਘਰ ਦੀ ਨੌਕਰੀ ਕਿੱਥੇ ਹੈ, ਗੁਟਕਾ ਸਾਹਿਬ ਦੀ ਸੌ ਕਰਦੀ ਸੀ। ਬੀਜੇਪੀ ਦੱਸਦੇ ਵੀ 15-15 ਲੱਖ ਕਿੱਥੇ ਹੈ। ਜੇ ਸਟੇਟ ਸਬਜੈਕਟ ਸੀਗਾ ਤੇ ਇਹਨਾਂ ਨੇ ਦੂਜੀਆਂ ਸਰਕਾਰਾਂ ਕਿਉਂ ਨੀ ਦਿੱਤੀ ਪਹਿਲਾਂ? ਉਹਨੂੰ ਦੇਣੀ ਚਾਹੀਦੀ। ਫਿਰ ਸ਼ਹੀਦ ਜਿਹੜੇ ਹੋਏ ਸੀ ਫੌਜੀ ਜਵਾਨ, ਉਹਨਾਂ ਨੂੰ ਇੱਕ ਮਸ਼ੀਨ ਦੇ ਕੇ, ਸਿਲਾਈ ਮਸ਼ੀਨ ਦੇ ਕੇ ਇਹ ਖਤਮ ਕਰਦੀ ਰਹੀ ਆ ਪੰਜਾਬ ਸਰਕਾਰ। ਨਵੀਂ ਗੱਲ ਕੱਢੀ ਉਹਨਾਂ ਨੇ, ਇਹਨਾਂ ਨੂੰ ਨਾ ਤਾਂ ਕੋਈ ਨੌਲੇਜ ਹੈ ਨਾ ਇਹਨੂੰ ਪੜ੍ਹਾਈ ਦਾ ਪਤਾ। ਇਹਨਾਂ ਦੇ ਜਿਹੜੇ ਕੈਂਡੀਡੇਟ ਹੈ, ਕੋਈ 12 ਪੜ੍ਹਿਆ ਕੋਈ 8 ਪੜ੍ਹਿਆ। ਨਾ ਦੇਖੋ ਨਰਪਿੰਦਰ ਜੀ, ਅਸੀਂ ਦੇਸ਼ ਨੂੰ ਬਚਾਉਣ ਦੇ ਲਈ, ਦੇਸ਼ ਦਾ ਲੋਕਤੰਤਰ ਬਚਾਉਣ ਦੇ ਲਈ ਅਲਾਇੰਸ ਕਰ ਰਹੇ ਹਾਂ, ਨਾ ਕਿ ਸਾਨੂੰ ਕੋਈ ਇੰਨਾ ਉਹ ਹੈ। ਇਹਨਾਂ ਨੂੰ ਮੱਲਾ ਕਲੀਨਿਕ ਪਤਾ ਕਿਉਂ ਨੀ ਦੇਖਦੇ? ਇਹ ਤਕੜੇ ਘਰਾਂ ਦੀਆਂ ਪਾਰਟੀਆਂ। ਮੱਲਾ ਕਲੀਨਿਕ ਦੇ ਵਿੱਚ ਨਜਾਇਜ਼ ਪਰਚੇ ਹੋਏ ਆ, ਨਾਬਾਲਗ ਬੱਚਿਆਂ ਦੇ ਪਰਚੇ ਹੋਏ, ਖੁਦ ਮੈਂ ਮੌਜੂਦਾ ਹੈਗੀ ਆ। ਕੱਲ ਵੀ ਤਰੀਕ ਆ ਮੇਰੇ ਬੱਚਿਆਂ ਦੀ, ਕਾਂਗਰਸ ਸਰਕਾਰ ਵੇਲੇ ਮੇਰੇ ਬੱਚਿਆਂ ਦੇ ਪਰਚੇ ਹੋਏ ਆ, ਹਜੇ ਕਮਰ ਤਰੀਕਾ ਭੁਗਤਦੀ ਫਿਰਦੀ ਆ ਨਜਾਇਜ਼। ਭਾਈ ਸਾਹਿਬ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਭਾਈ ਸਾਹਿਬ ਕਹਿੰਦੇ ਸੀ ਦਿੱਲੀ ਤੋਂ ਅਸੀਂ ਐਜੂਕੇਸ਼ਨ ਲਿਆਂਦੀ। ਦਿੱਲੀ ਦੇਖੋ, ਤੁਸੀਂ ਪੰਜਾਬ ਦੇ ਸਕੂਲਾਂ ਦਾ ਹਾਲ ਦੇਖੋ, 10ਵੀਂ ਦੇ ਬੱਚਿਆਂ ਨੂੰ 5 ਤੱਕ ਦੇ ਪਹਾੜ ਹੀ ਨਹੀਂ ਆਉਂਦੇ। ਟੀਚਰਾਂ ਨੂੰ ਜਿਹੜਾ ਰੱਖਿਆ ਗਿਆ ਤਾਂ ਸਿਰਫ ਫੋਟੋ ਸੈਸ਼ਨ ਵਾਸਤੇ ਰੱਖਿਆ ਗਿਆ, ਵੀ ਤੁਸੀਂ ਸਰਕਾਰ ਦੀ ਮਹਾਨਤਾ ਦਿਖਾਓ। ਹੋਰ ਇਹਨਾਂ ਨੇ ਕੁਛ ਨੀ ਕੀਤਾ, ਘਰ ਘਰ ਨਸ਼ਾ, ਗੁੰਡਾਗਰਦੀ, ਅੱਛਾ ਚੇਨ ਸਨੇਚਿੰਗ, ਤੁਸੀਂ ਦੇਖੋ ਇਹਨਾਂ ਦੀ ਸਰਕਾਰ ਦੇ ਵਿੱਚ ਕੀ ਨੀ ਹੋਇਆ ਜੀ। ਫੇਰ ਰਾਜ ਸਭਾ ਦੇ ਮੈਂਬਰਾਂ ਦਾ ਇੱਕ ਵੀ ਦੱਸਣ ਵੀ ਪੰਜਾਬ ਦੀ ਕਤਰਾ ਬੋਲੇ ਆ। ਜਿਹੜਾ MSP ਦੀ ਗੱਲ ਕਰਦੀ ਆ ਬੀਜੇਪੀ ਪਾਰਟੀ, 2014 ਦੇ ਵਿੱਚ ਜਦੋਂ ਮੋਦੀ ਬਣਿਆ, ਕਹਿੰਦਾ ਵਿਆਹੁਣ ਜਿਹੜੀ ਪਹਿਲੀ ਸੰਸਦ ਹੋਊਗੀ ਉਹਦੇ ਵਿੱਚ ਅਸੀਂ MSP ਦੇਵਾਂਗੇ। ਮੋਦੀ ਕਹਿੰਦਾ 10 ਸਾਲ ਰਾਜ ਕਰਕੇ ਕਿਸਾਨਾਂ ਨਾਲ ਉੱਥੇ ਵਾਅਦਾ ਕਰਕੇ ਉਸ ਤੋਂ ਬਾਅਦ ਫੇਰ ਮੁੱਕਰ ਗਏ। ਹੁਣ ਜਦੋਂ ਕਿਸਾਨ ਚਾਹੁੰਦੇ ਆ ਫੇਰ ਡੰਗਾ ਮਾਰਦੇ ਆ, ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੰਦੇ ਅਸੀਂ। ਜਦੋਂ ਦੀ ਸਰਕਾਰ ਆਈ ਆ ਮੇਰੇ ਬੱਚੇ ਐਂਬੂਲੈਂਸ ਵੜਦੇ ਆ, ਮੇਰੇ ਬੱਚੇ ਡਰਾਈਵਰੀ, ਮੈਂ ਡਰਾਈਵਰੀ ਕਰਦਾ, ਮੇਰਾ ਬੱਚਾ ਅੱਜ +2 ਚ ਸੁਪਨਾ ਰਿਹਾ DC ਬਣਦਾ, ਇਹਨਾਂ ਦੇ ਹੁੰਦੇ ਕਿਉਂ ਨੀ ਸੁਪਨੇ ਲੈ ਸਾਡੇ ਬੱਚਿਆਂ ਨੇ? ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਚੇਅਰਪਰਸਨ ਹੈ ਉਹ UP ਤੋਂ ਲਿਆ ਕੇ ਲਾ ਦਿੱਤੀ ਗਈ ਇਸ ਪਾਰਟੀ ਨੇ, ਉਸ ਨੂੰ ਪੰਜਾਬੀ ਦਾ ਇੱਕ ਅੱਖਰ ਵੀ ਨਹੀਂ ਆਉਂਦਾ ਤੇ ਫਿਰ ਵੀ ਉਸ ਨੂੰ ਚੇਅਰਪਰਸਨ ਬਣਾਇਆ। ਜਿਹੜੀਆਂ ਕਹਿੰਦੇ ਨੇ 43,000 ਨੌਕਰੀਆਂ ਦਿੱਤੀਆਂ, 43,000 ਨੌਕਰੀਆਂ ਦੇ ਵਿੱਚ UP ਬਿਹਾਰ ਦੇ ਬਾਹਰ ਦੀਆਂ ਸਟੇਟਾਂ ਦੇ ਲੋਕਾਂ ਨੂੰ ਜਿਹੜੀਆਂ ਇੱਥੇ ਆ ਕੇ ਜਿਹੜੀਆਂ ਕੰਟਰੈਕਟ ਬੇਸ ਤੇ ਨੌਕਰੀ, ਸਾਡੇ ਪੰਜਾਬੀਆਂ ਨੂੰ ਕੋਈ ਨੌਕਰੀ ਇੱਥੇ। ਇਹ ਵੀ ਸਵਾਲ ਉੱਠਦਾ ਜੀ, ਦੇਖੋ ਜੀ ਪਰਚੇ ਹਰ ਸਰਕਾਰ ਚ ਚੱਲਦੇ ਰਹਿੰਦੇ ਆ। ਮੈਂ ਇੱਕ ਗੱਲ, ਮੈਂ ਅਕਾਲੀ ਦਲ ਤੇ ਇੱਕ ਗੱਲ ਪੁੱਛਦਾ, ਜੇ ਬੀਬੀ ਜੀ ਜਿੱਤ ਕੇ ਜਾਂਦੇ ਆ ਪਹਿਲਾਂ ਮੋਦੀ ਦੇ ਹੱਕ 'ਚ ਖੜੇ ਅੱਗੇ, ਜੇ ਕੱਲ ਨੂੰ ਮੋਦੀ ਨੂੰ ਲੋੜ ਪਈ ਵੋਟ ਦੀ ਉਹਨਾਂ ਦੇ ਹੱਕ 'ਚ ਪਾਉਣਗੇ ਕਿ ਨਹੀਂ ਪਾਉਂਦੇ? ਇਹਨਾਂ ਨੇ ਨਾ MP ਦੇ ਇਲੈਕਸ਼ਨ 'ਚ ਜੇ ਇਹਨਾਂ ਦੇ 4 MP ਜਿੱਤ ਗਏ ਨਾ, ਉਹਨਾਂ ਨੇ ਕਾਂਗਰਸ ਨੂੰ ਹੀ ਸਪੋਰਟ ਕਰਨੀ ਹੈ, ਕਾਂਗਰਸ ਨੇ ਵੀ ਇਹਨਾਂ ਨੂੰ ਕਰਨੀ ਹੈ। ਦੇਖੋ ਜੀ ਗੱਲ ਇਹ ਆ ਵੀ ਇਹਨਾਂ ਨੇ ਸੈਂਟਰ ਦਾ ਮੁੱਦਾ ਜ਼ਰੂਰ ਹੈ MSP, ਇਹਨਾਂ ਦਾ ਮੁੱਖ ਮੰਤਰੀ ਇਲੈਕਟ੍ਰੋਨਿਕ ਮੀਡੀਆ ਦੇ ਸਾਹਮਣੇ ਬੈਠ ਕੇ ਕਹਿ ਗਿਆ ਵੀ 23 ਦੀਆਂ 23 ਫਸਲਾਂ ਤੇ ਮੈਂ MSP ਦਿਉਂ। ਕੀ ਉਹ ਝੂਠ ਬੋਲਿਆ ਜੀ? ਜੇ ਤਾਂ ਉਦੋਂ ਝੂਠ ਬੋਲਿਆ ਤਾਂ ਅੱਜ ਮਾਫੀ ਮੰਗੇ, ਜਾਂ ਅੱਜ ਝੂਠ ਬੋਲਦੇ ਆ ਜਾਂ ਉਦੋਂ ਝੂਠ ਬੋਲਿਆ। ਪੰਜਾਬ ਦੇ ਪਾਣੀਆਂ ਦਾ ਹੱਕ ਆ, ਇਹ ਦੱਸਣ ਪੰਜਾਬ ਦਾ ਬੰਦਾ ਕਿ ਦੂਜੀਆਂ ਸਟੇਟਾਂ ਦਾ ਬੈਠੇ ਦੱਸਣ ਪਹਿਲੇ ਇਹਦਾ ਜਵਾਬ। ਬਰਾੜ ਸਾਹਿਬ ਕਹਿੰਦਾ ਪੰਜਾਬ ਸੀ ਭਾਰਤ ਪੰਜਾਬ ਕਰਪਸ਼ਨ ਮੁਕਤ ਕਰਨਾ ਹੈਗਾ, ਇੰਨਾ ਜੰਗਲਾਤ ਮਹਿਕਮਾ ਚਾਹੁੰਦਾ 8500 ਕਰੋੜ, 8500 ਰੁਪਇਆ ਕਮਿਸ਼ਨ ਮੰਗਦਾ ਸੀ ਬੰਦਾ ਰਾਕਟ ਡਰਾਈਵਰ ਆਪਦਾ, ਉਹਦਾ ਸਾਫ ਉਹਨੂੰ ਅੱਜ ਤੱਕ
ਸਿਰ ਵਿਜੀਲੈਂਸ ਦੀ ਜਾਂਚ ਰੋਕ ਰੱਖੀ ਇਹਨਾਂ ਨੇ, ਆਹ ਵੱਡੇ ਸੂਰਮਿਆਂ ਨੇ, ਆਪ ਵਾਲਿਆਂ ਨੇ, ਉਹਦੀ ਵਿਜੀਲੈਂਸ ਦੀ ਜਾਂਚ ਨੂੰ ਜਾਂਚ ਨੀ ਵਧਣ ਦੇ ਰਹੇ। ਆਮ ਆਦਮੀ ਪਾਰਟੀ ਦੱਸੋ ਕਿ ਝੂਠਾ ਪਰਚਾ ਦਰਜ ਕਰਾਇਆ ਹੋਵੇ। ਭਾਈਚਾਰਾ ਪਿੰਡਾਂ ਦਾ ਭਾਈਚਾਰਾ ਵਧਿਆ, ਪਿੰਡਾਂ ਦੇ ਲੋਕ ਕਹਿੰਦੇ ਪਾਰਟੀਬਾਜ਼ੀ ਖਤਮ ਹੋਈ, ਅਸੀਂ ਕਿਸੇ ਦਾ ਝੂਠਾ ਪਰਚਾ ਨੀ ਦਰਜ ਕਰਾਇਆ, ਸਾਡੀ ਰਾਜਨੀਤੀ ਨੀ। ਜੇ ਪੰਜਾਬ ਦੇ ਥਾਣੇ ਸ਼ਾਂਤੀ ਹੋਈ ਤਾਂ ਆਮ ਆਦਮੀ ਪਾਰਟੀ ਕਰਕੇ ਹੋਈ ਹੈ। ਇਹਨਾਂ ਰਜਵਾੜੇ ਇੱਕ ਪਰਚਾ ਕਰਾਉਂਦੇ, ਦੂਜਾ ਛੜਾਉਂਦੇ ਸੀ, ਪੈਸੇ ਖਾਣ ਦੇ ਸਾਧਨ ਬਣਾਏ ਹੋਏ ਸੀਗੇ। ਇਹ ਐਜੂਕੇਸ਼ਨ ਦਿੱਤੀ ਹੈ ਆਮ ਆਦਮੀ ਪਾਰਟੀ ਨੇ, ਦਿੱਤੀ ਇਹਨੇ ਐਜੂਕੇਸ਼ਨ ਕਿਉਂ ਨੀ ਦਿੱਤੀ? ਸਾਨੂੰ ਸਵਾਲ ਹੋਣਗੇ, ਇਹਨੂੰ ਇਹ ਨੀ ਪਤਾ। ਜੇਈ ਦੀ ਫੁੱਲ ਮਾਂ ਪੁੱਛ ਲਓ, ਜੇਈ 158 ਬੱਚੇ ਜਿਹੜੇ ਪੰਜਾਬ ਦੇ ਸਕੂਲਾਂ ਚ ਪੜ੍ਹ ਕੇ ਕਲੀਅਰ ਕੀਤੀ ਹੈ, ਉਹ ਕਲੀਅਰ ਕੀਤੀ ਹੈ, ਇਹਨਾਂ ਨੂੰ ਜੇਈ ਪੁੱਛੋ ਫੁੱਲ ਪਰਫਾਰਮ। ਜੀ ਤੁਹਾਨੂੰ ਕੀ ਕਿਉਂ ਲੋਕ ਵੋਟ ਕਰਦੇ ਨੇ? ਲਾਸਟ ਕਮੈਂਟ। ਸਾਡਾ ਸੰਵਿਧਾਨ ਜੋ ਹਿੰਦੁਸਤਾਨ ਦਾ ਬਣਾਇਆ ਉਹ ਕਾਂਗਰਸ ਪਾਰਟੀ ਨੇ ਬਣਾਇਆ, ਵੋਟ ਪਾਉਣ ਦਾ ਅਧਿਕਾਰ ਹੈ ਕਾਂਗਰਸ ਪਾਰਟੀ ਨੇ ਦਵਾਇਆ, ਰੇਲਵੇ ਦਾ ਜਾਲ ਵਿਛਾਇਆ ਇਹ ਕਾਂਗਰਸ ਪਾਰਟੀ ਨੇ ਬਣਾਇਆ। ਵੋਟ ਇਸ ਕਰਕੇ ਕਰਨੇ, ਸਾਰਾ ਕੁਝ ਉਹ ਕੀਤਾ ਕਾਂਗਰਸ ਪਾਰਟੀ ਨੇ ਕੀਤਾ। ਆਖਰੀ ਕਮੈਂਟ, ਕਿਉਂ ਵੋਟ ਕਰਨ? ਸਾਡਾ ਲੀਡਰ ਲੰਮੇ ਸਮੇਂ ਤੋਂ ਜੋ ਪੰਜਾਬੀਅਤ ਪੰਜਾਬੀ ਦੀ ਅਤੇ ਨਸ਼ਿਆਂ ਦੇ ਮੁੱਦੇ ਤੇ ਲੜਾਈ ਲੜਦਾ ਪਿਆ, ਕੋਈ ਵੀ ਐਵੇਂ ਦਾ ਲੀਡਰ ਸਾਰੀਆਂ ਪਾਰਟੀਆਂ ਕੋਲ ਨਹੀਂ ਹੈਗਾ, ਜਿਹੜਾ ਨਾ ਵੀ ਲੀਡਰ ਹੁੰਦਾ ਹੋਇਆ, ਨਾ ਵੀ ਕਿਸੇ ਡੈਜੀਗਨੇਸ਼ਨ ਜਾਂ MLA ਜਾਂ MP ਜਾਂ MC ਹੁੰਦਾ ਹੋਇਆ, ਸਾਰੇ ਪੰਜਾਬ ਦੀ ਸਾਰੀ ਪੰਜਾਬੀਅਤ ਦੀ ਲੜਾਈ ਲੜਦਾ ਪਿਆ। ਮੈਂ ਇਸੇ ਮੁੱਦੇ ਤੇ ਲੋਕਾਂ ਕੋਲ ਵੋਟ। ਆਖਰੀ ਟਿੱਪਣੀ, ਆਖਰੀ ਕਮੈਂਟ। ਆਮ ਆਦਮੀ ਪਾਰਟੀ ਦੇ ਲਾਸਟ ਟਿੱਪਣੀ ਹੈ, ਭ੍ਰਿਸ਼ਟਾਚਾਰ ਦੇ ਖਿਲਾਫ ਇਹ ਪਾਰਟੀ ਬਣੀ ਸੀਗੀ। ਇਹਨਾਂ ਦਾ ਮੁੱਖ ਮੰਤਰੀ ਜੇਲ੍ਹ ਦੇ ਵਿੱਚ, ਇਹਨਾਂ ਦੇ ਪੰਜਾਬ ਦੇ 2 MLA ਜੇਲ੍ਹ ਦੇ ਅੰਦਰ, ਇਹਨਾਂ ਦਾ ਐਜੂਕੇਸ਼ਨ ਮਿਨਿਸਟਰ ਜੇਲ੍ਹ ਦੇ ਅੰਦਰ, ਰਾਜ ਸਭਾ ਮੈਂਬਰ ਜੇਲ੍ਹ ਦੇ ਅੰਦਰ ਭ੍ਰਿਸ਼ਟਾਚਾਰ ਦੇ ਵਿੱਚ, ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਇਹਨਾਂ ਨੇ ਲੜਾਈ ਲੜੀ, ਅੱਜ ਉਹਨਾਂ ਦੇ ਜੱਫੀ ਪਾਈ ਜਾਂਦੇ। ਆਖਰੀ ਨੇਤਾ ਬਦਲੀਏ, ਕਹਿੰਦੇ ਸੀ ਸਸਤਾ ਦੇਵਾਂਗੇ ਜਾਂ ਅਸੀਂ ਰੇਟ ਘੱਟ ਕਰਾਂਗੇ, 5 ਰੁਪਏ ਪੁੱਟ ਦੇਵਾਂਗੇ, ਇਹਨਾਂ ਨੂੰ ਪੁੱਛੋ ਕਿਉਂ ਨੀ ਦੇ ਰਹੇ? ਆਖਰੀ ਟਿੱਪਣੀਆਂ। ਮਾਨਸਾ ਜ਼ਿਲ੍ਹੇ ਦੇ ਵਿੱਚ ਕੁੱਲੜੀਆਂ ਪਿੰਡ ਦਾ ਮੁੱਦਾ ਚੱਲ ਰਿਹਾ ਹੈ, ਜਿਹਦੇ ਵਿੱਚ ਆਮ ਪਾਰਟੀ ਉਹਦੀ ਪੂਰੀ ਮਦਦ ਕਰ ਰਹੀ ਹੈ ਸਰਪੰਚ ਦੀ। ਅਸੀਂ ਕਹਿਣਾ ਚਾਹੁੰਦੇ ਵੀ ਜਿਹੜੀ ਇਹ ਖੇਤੀ ਛਡਾਉਣੀ ਚਾਹੁੰਦੇ ਸੀ ਆਮ ਲੋਕਾਂ ਦੀ ਨੱਪ ਕੇ, ਤੇ ਉਹ ਧਨਾਟਾਂ ਨੂੰ ਦੇਣੀ ਚਾਹੁੰਦੇ, ਉਹਦੇ ਜਵਾਬ ਦੇਣਾ। ਮਾਫ ਕਰਨਾ, ਸਮਾਜ ਆਇਤ ਨਹੀਂ ਦੇ ਰਿਹਾ। ਸਵਾਲ ਬੜੇ ਨੇ ਲੋਕਾਂ ਦੇ, ਸਵਾਲ ਬੜੇ ਨੇ, ਹਰ ਕੋਈ ਗੱਲ ਕਰਨੀ ਚਾਹੁੰਦਾ, ਪਰ ਮਾਫ ਕਰਨਾ, ਸਮਾਜ ਆਇਤ ਨਹੀਂ ਦੇ ਰਿਹਾ ਲੋਕਾਂ ਦਾ। 300-250 ਰੁਪਏ ਦਾ ਮਾਮਲਾ ਜੀ, ਬੜੇ ਧਾਰਮਿਕ ਮਸਲੇ ਵੀ ਨੇ, ਤਾਂ ਲੋਕਾਂ ਦੇ ਸਵਾਲ ਤੁਹਾਡੇ ਸਾਹਮਣੇ ਨੇ ਔਰ ਵੱਖ ਵੱਖ ਪਾਰਟੀਆਂ ਦੇ ਜਵਾਬ ਤੁਹਾਡੇ ਸਾਹਮਣੇ ਨੇ, ਪਰ ਹੁਣ ਆਖਰੀ ਫੈਸਲਾ ਇੱਥੋਂ ਦੀ ਜਨਤਾ ਨੇ ਕਰਨਾ, ਕਿਸ ਦੇ ਹੱਕ ਦੇ ਫਤਵਾ ਦੇਵੇਗੀ ਜਨਤਾ, ਸਮਾਂ ਦੱਸੇਗਾ। ਫਿਲਹਾਲ ਮੇਰੇ ਸਥਾਨਕ ਸਹਿਯੋਗੀ ਸੂਰਜ ਭਾਣ, ਮੇਰੇ ਕੈਮਰਾਮੈਨ ਸਹਿਯੋਗੀ ਰਜਿੰਦਰ ਕੁਮਾਰ ਤੇ ਮੈਨੂੰ ਨਪਿੰਦਰ ਸਿੰਘ ਰਾਣਾ ਤੋਂ ਇਜਾਜ਼ਤ। ਧੰਨਵਾਦ।